ਤਰੱਕੀ ਬਖਸ਼ਣ। ਸੋ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਜੋ ਸਾਡੇ ਵੀਰ ਜੀ ਮੂਵੀ ਦੀ ਸੇਵਾ ਕਰ ਰਹੇ ਨੇ। ਸੋ ਸਟੂਡੀਓ ਵਾਲੇ ਵੀਰ, ਉਹਨਾਂ ਦੇ ਵੱਲੋਂ ਬਹੁਤ ਸਾਰਾ ਪਿਆਰ, ਔਰ ਬਹੁਤ ਸਾਰਾ ਪਿਆਰ ਮਾਸਟਰ ਮਾਈਂਡ ਆਰਟਸ ਸਾਡੇ ਵੀਰ ਜੱਸੀ ਕਲਸੀ ਜੀ, ਉਹਨਾਂ ਦੇ ਵੱਲੋਂ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਬਖਸ਼ਿਆ ਗਿਆ। ਸੋ ਦਾਦਾ ਜੀ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ, ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਇਹ ਜਿੰਨੀਆਂ ਵੀ ਸੰਤਾਂ ਅੱਜ ਦਾਦਾ ਜੀ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਨੇ, ਸੋ ਦਾਦਾ ਜੀ ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ ਕਿ ਮੇਰਾ ਦਾਤਾ ਜਿਨ੍ਹਾਂ ਨੂੰ ਯਾਦ ਕਰੇ, ਮੇਰਾ ਦਾਤਾ ਜਿਨ੍ਹਾਂ ਨੂੰ ਯਾਦ ਕਰੇ, ਉਹ ਲੋਕ ਨਿਰਾਲੇ ਹੁੰਦੇ ਨੇ, ਫਿਰ ਹੋਜ਼ੇ ਰਹਿਮਤ ਜਿਨ੍ਹਾਂ ਤੇ ਉਹ ਕਰਮਾਂ ਵਾਲੇ ਹੁੰਦੇ ਨੇ, ਕਿ ਉਹ ਕਰਮਾਂ ਵਾਲੇ ਹੁੰਦੇ ਨੇ ਕਿ ਜਿਨ੍ਹਾਂ ਤੇ ਇਹਨਾਂ ਫਕਰਾਂ ਫਕੀਰਾਂ ਦੀ ਰਹਿਮਤ ਹੋ ਜਾਂਦੀ ਹੈ, ਉਹ ਲੋਕ ਬੜੇ ਕਰਮਾਂ ਭਾਗਾਂ ਵਾਲੇ ਹੁੰਦੇ ਨੇ, ਜੋ ਕਿ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸੌਂਡ ਨੂੰ ਅਪਰੇਟ ਕਰ ਰਹੇ ਨੇ। ਸੋ ਦਾਦਾ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਸੋ ਅਗਲੀ ਖੂਬਸੂਰਤ ਚਿਤਰਾਲ ਦੀ ਆਈਟਮ ਲੈ ਕੇ ਰਹੇ ਨੇ ਸਾਡੀ ਇਸ ਪਾਰਟੀ ਦੇ ਖੂਬਸੂਰਤ ਅਦਾਕਾਰ ਮਿਸ ਰਾਧਿਕਾ ਜੀ। ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ, ਕਹੇਗਾ ਮਰੂੰਗੀ ਨਾਲ ਤੇਰੇ ਵੇ ਤਿਗਟਾ
ਹਲੇ ਸਵਸਰਾ ਪਿਆਰ ਬਹੁਤ ਬਹੁਤ ਵੈਲਕਮ ਆਉਂਦਾ ਹੈ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆ ਨੂੰ ਇਹ ਸਾਡੇ ਸਾਰਿਆਂ ਵੱਲੋਂ ਜੀ ਆਇਆ ਨੂੰ ਇਹ ਸਾਡੇ ਸਾਰਿਆਂ ਵੱਲੋਂ ਜੀ ਆਇਆ ਨੂੰ ਕਿ ਹੁਣ ਥੋੜਾ ਹੱਸ ਹਸਾ ਲਈਏ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਹੱਸਣਾ ਖੇਡਣਾ ਮਨ ਕਾ ਚਾਓ ਸੋ ਕਮੇਟੀ ਐਟਮ ਹੋਵੇਗੀ ਸੋ ਉਸ ਤੋਂ ਬਾਅਦ ਸ਼ੀਸ਼ੀ ਦੇ ਬਾਬਾ ਬਾਲਕ ਨਾਥ ਜੀ ਦੀ ਲੀਲਾ ਤੁਹਾਡੇ ਰੂਪ ਰੂਪ ਕਰਨੀ ਹੈ ਸੋ ਕਮੇਟੀ ਐਟਮ ਲੈ ਕੇ ਆ ਰਹੇ ਨੇ ਸਾਡੀ ਇਸ ਪਾਰਟੀ ਦੇ ਕਮੇਡੀਅਨ ਕੇ ਰਾਧਿਕਾ ਜੀ ਕਹਿੰਦੀ ਜਦੋਂ ਮੈਂ ਤੁਹਾਡੇ ਘਰ ਆਈ ਸੀ ਤਾਂ ਕਬੂਤਰ ਬੋਲਦੇ ਸੀ ਹੁਣ ਭੈਣ ਦੇ ਮਾਮੇ ਦੇ ਤੂੰ ਕੱਲੀ ਘੁੱਗੀ ਬੋਲਦੀ ਸਾਨੂੰ ਜੁੱਤੀਆਂ ਦਾ ਹਾਕਾ ਵੀ ਕਰਨਾ ਆਉਂਦਾ ਤੇਰਾ ਪਿੱਛਾ ਬਹੁਤ ਭਾਰੀ ਚੱਕਣਾ ਹੈ ਮੇਰੀ ਗੱਲ ਸੁਣ ਲੈ ਮੇਰਾ ਬਾਲਾ ਮੂੰਹ ਨਾ ਮਾਰ ਤੇਰੀ ਗੱਲੋਂ ਮੈਂ ਤੈਨੂੰ ਤਲਾਕ ਦੇ ਦੇਣਾ ਤੇਰੇ ਛੇਤੀ ਨੇ ਬਹੁਤ ਚੱਕ ਹੋਈ ਆ ਆ ਭੂਗਣੇ ਨੇ ਸਾਡੇ ਸਾਹਮਣੇ ਗੱਲ ਲਾਈ ਆ ਆਹ ਤਾਂ ਮੇਰਾ ਭਰਾ ਹੀ ਆ ਆਹ ਬਸੇ ਕਿੱਦਾਂ ਸਿੱਧਾ ਬਹੁਤ ਸੋਹਣੀ ਸੌਣ ਆ ਜੀ ਬੁੜਾ ਮਰੇ ਤੇ ਫਰੀ ਜਾਂਦੇ ਆ ਦੁੱਖ ਬਹੁਤ ਲੱਗਦਾ ਕਿਉਂਕਿ ਬੁੜਾ ਮਰੇ ਨੂੰ ਜਾ ਦੇ ਇਹਨਾਂ ਨੂੰ ਪ੍ਰੋਗਰਾਮ ਮੁੱਕ ਹੁੰਦੇ ਆ ਬਹੁਤ ਬਹੁਤ ਸਾਡਾ ਪਿਆਰ ਬਹੁਤ ਸਾਰੀ ਮਾਂ ਇਹ ਗੱਲ ਸੁਣ ਲੈ ਅਸੀਂ ਇੱਥੇ ਦੇ ਇੱਥੇ ਰਹਿਣਾ ਸਾਡਾ ਘਰ ਹੈ ਬਹੁਤ ਚੱਕ ਹੋਈ ਮੈਂ ਤੇਰੇ ਨਾਲ ਨਹੀਂ ਰਹਿਣਾ ਉਹ ਫਰਮਾਇਸ਼ਾਂ ਦੱਸਦੇ ਆਪਣੀਆਂ ਕੋਈ ਬਾਬਿਓ ਅਸੀਂ ਹਾਂ ਤੂੰ ਮੈਨੂੰ ਪਿਆਰ ਕਰਦਾ ਹੈ ਹੋਰ ਤੈਨੂੰ ਪਿਆਰ ਕਰਦਾ ਮੈਂ ਰੰਗ ਕਾਲਾ ਕਰਾ ਲਿਆ ਹਾਏ ਤੈਨੂੰ ਇੰਨਾ ਪਿਆਰ ਕਰ ਪਿਆਰ ਕੋਈ ਆਟਾ ਹੈ ਜਿਹੜਾ ਮੈਂ ਤੈਨੂੰ ਮੈਂ ਕੀ ਦੱਸਾਂ ਵੀ ਇੰਨੇ ਕਿਲੋ ਕਰਦਾ ਹਾਂ ਉਹ ਦੇ ਚੰਦ ਨਹੀਂ ਲੈ ਕੇ ਉਹਨਾਂ ਤਾਰੇ ਲੈ ਆਉਣਾ ਮਾਮੇ ਦੇ ਮੈਂ ਅੰਬਰਾਂ ਦਾ ਚੰਦ ਲੈਣ ਚੱਲ ਜਾਵਾਂ ਤੂੰ ਥੱਲੇ ਹੋਰ ਚੰਦ ਚੜਾ ਦੇ ਮੈਨੂੰ ਬਹੁਤ ਖਤਰਾ ਹੈ
ਮੈਂ ਨਹੀਂ ਇਹ ਕੰਮ ਕਰਨਾ, ਗਾਂ ਸੁਣ ਲੈ ਮੇਰੇ ਗਾਏ ਔਰ ਨਹੀਂ ਨਾ ਤੇ ਤੂੰ ਪਿਆ ਲਿਆ ਕੇ ਆਪਣੇ ਮਾਪਿਆਂ ਦੇ ਫਿਰ ਮੈਂ ਦੇਖ ਲਿਆ ਆ ਸੂਟ ਦੀ ਆ ਕਮੀਜ਼ ਮੇਰੇ ਮਾਪਿਆਂ ਦੀ ਅੱਛਾ ਆ ਸਲਵਾਰ ਮੇਰੇ ਮਾਪਿਆਂ ਦੀ ਆ ਚੁੰਨੀ ਮੇਰੇ ਮਾਪਿਆਂ ਦੀ ਤੇਰਾ ਕੀ ਆ ਆਹਾ ਆ ਦੇਖ ਲਓ ਜੀ ਕਿੰਨੇ ਮੇਰੇ ਮਾਪਦੀ ਆ ਆ ਸਲਵਾਰ ਮੇਰੇ ਮਾਪਿਆਂ ਦੀ ਆ ਸੂਟ ਮੇਰੇ ਮਾਪਿਆਂ ਦਾ ਆ ਚੁੰਨੀ ਮੇਰੇ ਮਾਪਿਆਂ ਦੀ ਆ ਕਹਿੰਦੀ ਸਾਰਾ ਕੁਝ ਮੇਰੇ ਮਾਪਿਆਂ ਦਾ ਆ ਜਿਹੜਾ ਸਲਵਾਰ ਦੇ ਵਿੱਚ ਨਾਲਾ ਪਾਇਆ ਉਹਨੇ ਦੇ ਕੱਛੇ ਦੇ ਕੱਛੇ ਪਾਇਆ ਉਹਨੇ ਕੱਟ ਸਾਡਾ ਨਾਮ ਮੋੜ ਕੋਈ ਤਾਂ ਬਾਅਦ ਮੋੜਦਾ ਨਹੀਂ ਸਾਡਾ ਨਾਮ ਮੋੜ ਮੈਂ ਨਹੀਂ ਮੋੜਨਾ ਕਾ ਸੁਣ ਲੈ ਮੈਨੂੰ ਛੱਡ ਕੇ ਨਾ ਜਾਈ ਮੈਂ ਸ਼ੇਰ ਬਹੁਤ ਲਿਖਦਾ ਆ ਕਹਿੰਦੇ ਕਹਿੰਦਾ ਬਾਣੀ ਵਿੱਚ ਸੀ ਮੈਂ ਤਾਂ ਤੇਰੇ ਤੇ ਸ਼ੇਰ ਬਹੁਤ ਲਿਖਦਾ ਤੂੰ ਵੀ ਛੱਡ ਕੇ ਚੱਲੀ ਕਹਿੰਦਾ ਬਾਣੀ ਵਿੱਚ ਸਿੱਖਾਂ ਨੇ ਅੱਛਾ ਐਡਾ ਦਿਨ ਕੋਈ ਪਿਆਰ ਨਾ ਕਰਿਓ ਅੱਛਾ ਇਹਦੇ ਸਿਰ ਵਿੱਚ ਲਿਖਾਂ ਤੇ ਕੰਧ ਵਿੱਚ ਮੋੜਾ ਏ ਐਡਾ ਦਿਨ ਕੋਈ ਮੂੰਹ ਨਾ ਆਇਓ ਇਹਦੇ ਮੂੰਹ ਵਿੱਚ ਫਿਰਵਾ ਏ ਮੇਰੀ ਗੱਲ ਸੁਣ ਲੈ ਮੈਂ ਦਾਰੂ ਨਹੀਂ ਪੀਂਦਾ ਅੱਛਾ ਮੈਂ ਨਹੀਂ ਪੀਂਦਾ ਮੇਰੀ ਬੜੀ ਮੌਤ ਹੈ ਮੈਂ ਭਲਾ ਦਿੰਦੇ ਆ ਮੈਂ ਕਾਹਤੋਂ ਪਿਆ ਰਹਿੰਦੀ ਤੂੰ ਪੀਂਦਾ ਤਾਂ ਪੀਂਦਾ ਨਾ ਨਾ ਦੇਖ ਲੈ ਮੈਂ ਜਿੱਥੇ ਵੀ ਜਾਂਦਾ ਮੈਨੂੰ ਦਾਰੂ ਨਾਲ ਭਲਾ ਦਿੰਦੇ ਆ ਸਾਰੇ ਮੈਂ ਕਿਹੜਾ ਪੀਂਦਾ ਦਾਰੂ ਦਾ ਮੈਂ ਦੱਸਦਾ ਤੈਨੂੰ ਕੱਲੇ ਕੱਲੇ ਨਾਲ ਤਾਂ ਦੱਸ 1 2 3 ਪੁੱਛੋ ਕਿ ਨਾ
ਚੰਗਾ ਲੱਗਾ ਤਾਂ ਤਾੜੀ ਹੋ ਜਾਵੇ। ਕਿ ਹੱਸ ਖੇਡ ਦਿਨ ਕੱਟਿਆ ਕਰ ਲੈ, ਇਹ ਹੱਸ ਖੇਡ ਦਿਨ ਕੱਟਿਆ ਕਰ ਲੈ, ਤੂੰ ਕੌੜਾ ਕੁੱਤ ਸਬਰਾਂ ਦਾ ਭਰ ਲੈ, ਇਹ ਦੋ ਕਹਿ ਲੈ ਦੋ ਸਾਡੀਆਂ ਦਰ ਲੈ, ਹੋਰ ਕੀ ਚਾਰਾ ਹੋਏ, ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਏ, ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਏ। ਸੋ ਇਹ ਸੀ ਕਮੇਟੀ ਆਈਟਮ, ਸੋ ਬਹੁਤ ਹੀ ਪਿਆਰ ਬਹੁਤ ਸਤਿਕਾਰ ਸਾਰੀ ਸੰਗਤ ਦੇ ਵੱਲੋਂ ਬਖਸ਼ਿਆ ਗਿਆ। ਸੋ ਦਾਦਾ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਤੇ ਹੁਣ ਆਪਾਂ ਸ਼੍ਰੀ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਲੀਲਾ ਦੇ ਨਾਲ ਜੁੜੀਏ, ਬਾਬਾ ਜੀ ਦੀ ਲੀਲਾ ਦੀ ਸ਼ੁਰੂਆਤ ਕਰੀਏ ਉਸ ਸੀਨ ਤੋਂ ਕਿ ਜਦੋਂ ਬਾਬਾ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਨ ਲਈ ਭੇਜਦੇ ਨੇ, ਉਹਨਾਂ ਨੂੰ ਪੜ੍ਹਨ ਦੇ ਵਿੱਚ ਲਿਆਉਣ ਜਾਂਦੇ ਨੇ। ਸੋ ਆਓ ਤੱਕੀ ਨਾਟਕ ਦਾ ਪਹਿਲਾ ਸੀ। ਮੇਰਾ ਪਾਪਾ ਕਹਿੰਦਾ ਤੈਨੂੰ ਨਾਲ ਲੈ ਕੇ ਜਾਣਾ।
ਉਹ ਗੱਲ ਸੁਣ ਮੇਰੀ ਆ ਸਕੂਲ ਵਿੱਚ ਪੜ੍ਹਨ ਲਈ ਤੂੰ ਆ ਗਿਆ ਆ ਤੇਰਾ ਸਮਾਨ ਹੈ ਬਹੁਤ ਇੱਕ ਸਾਲ ਤਾਂ ਨਾਲ ਰਹਿੰਦਾ ਇਹਨੂੰ ਆ ਦੇ ਉਹਨੇ ਆ ਗਿਆ ਉਹ ਹਾਰ ਕੀ ਚੁੱਕਿਆ ਹਾਂ ਕੀ ਹੈ ਉਹ ਪਤੰਦਰਾ ਹੋਏ ਕੀ ਆ ਉਹ ਹੋਂਦਾ ਕੀ ਹੁੰਦਾ ਇਹਨੂੰ ਕਹਿੰਦਾ ਹੋ ਜਾ ਕਹਿੰਦਾ ਪਹਿਣ ਜਾ ਕਹਿੰਦਾ ਜਾ ਹਾਂ ਕੀ ਕਿੱਥੇ ਹੈ ਹਾਂ ਕੀ ਹੈ ਸਕੂਲ ਵਿੱਚ ਬਹੁਤ ਵਧੀਆ ਵਧੀਆ ਚੀਜ਼ਾਂ ਲਿਆ ਰਹੇ ਆ ਗਵਰਨਮੈਂਟ ਨੇ ਬਹੁਤ ਵਧੀਆ ਸਕੀਮ ਚਲਾਈ ਆ ਚੌਲ ਖਿਚੜੀ ਮਿਲਦੇ ਆ ਜਿੰਦਰਾ ਜਗਾਲ ਖਾ ਗਿਆ ਕੁੱਕੜੀ ਨੇ ਪੱਤ ਮਾਰਿਆ ਉਹ ਕੁੱਕੜੀ ਨੇ ਪੱਤ ਮਾਰਿਆ ਉਹ ਸਾਰੇ ਪਿੰਡ ਚ ਬਲਾਸ ਢਾਇਆ ਈ ਕੁੱਕੜੀ ਨੇ ਪੱਤ ਮਾਰਿਆ ਢੋਲਕੀ ਚ ਬੰਬ ਰੱਖਿਆ ਪਹਿਲਾਂ ਮਾਸਟਰ ਜੀ ਕਹਿਣਾ ਫਿਰ ਜੋ ਮਰਜ਼ੀ ਕਹਿ ਦੇ ਸਾਨੂੰ ਸਮਝਾਵੋ ਪਹਿਲਾਂ ਦੱਸਿਆ ਕਰੋ ਮੈਂ ਪਹਿਲਾਂ ਮਾਸਟਰ ਜੀ ਕਹਿ ਬਾਅਦ ਜੋ ਮਰਜ਼ੀ ਮਾਮਾ ਸੀ ਇੱਜ਼ਤਦਾਰ ਆ ਉੱਤੇ ਕੱਛਾ ਤਾਂ ਪਾਇਆ ਥੱਲੇ ਪਾਉਣ ਦਾ ਚੇਤਾ ਭੁੱਲ ਗਿਆ ਹੁਣ ਸਾਨੂੰ ਕੱਲ ਵੀ ਨਹੀਂ ਕਹਿਣ ਵੀ ਕੱਛਾ ਨੀ ਪਾਉਂਦਾ ਕੁੜੀਆਂ ਵੀ ਨੀ ਬੈਠੀ ਦਾ ਇਹ ਤਾਂ ਸਾਡਾ ਹੱਕ ਆ ਮਾਜੀ ਥੋੜੀ ਜੀ ਜੋ ਮਾਜੀ ਮੇਰੀ ਗੱਲ ਸੁਣੋ ਮੈਂ ਤੈਨੂੰ ਦੱਸਿਆ ਮੈਂ ਇੱਧਰ ਕਲਾਸ ਹੈਗੀ ਮੁੰਡਿਆ